ਤ੍ਰੇਵੀਂ ਕਹਾਣੀ ਯੀਸੂ ਦਾ ਜਨਮ। ਯੀਸੂ ਮਸੀਹ ਦਾ ਜਨਮ ਹੋਣੇ ਤੇ ਪਹਿਲਾਂ ਇਹਾ ਹੋਇਆ ਕਿ ਜਲੂ ਤਿਸ ਦੀਆਂ ਮਾਊ ਮਰੀਮਾਂ ਦੀ ਮੰਗਣੀ ਯੂਸੁਫ ਨਾਏ ਦੇ ਇੱਕ ਮਾਣੂਏ ਨਾਲ ਹੋਈ ਗਈ, ਅਪਰ ਤਿਨ੍ਹਾਂ ਦਾ ਵਿਆਹ ਹੋਣੇ ਤੇ ਪਹਿਲਾਂ ਹੀ ਸਹਿ ਪਵਿੱਤਰ ਆਤਮਾ ਇਹ ਤਰਫਾ ਤੇ ਗਰਭਵਤੀ ਹੋਈ। ਯੂਸੁਫ ਜਿਹੜਾ ਮਰੀਮਾਂ ਦਾ ਹੋਣੇ ਵਾਲਾ ਲਾੜਾ ਥਾ, ਸਹਿ ਇੱਕ ਧਰਮੀ ਮਾਣੂ ਥਾ। ਜਲੂ ਤਿਸੀਓ ਇਹ ਗੱਲ ਪਤਾ ਲੱਗੀ ਤਾਂ ਸਹਿ ਤਿਸਾ ਜੋ ਬਦਨਾਮ ਨਹੀਂ ਕਰਨਾ ਚਾਹੁੰਦਾ ਥਾ। ਇਹ ਸੋਚੀ ਕਰੀ ਤਿੰਨੀ ਤਿਸਾ ਜੋ ਚੁੱਪ ਚਾਪ ਛੱਡੀ ਦੇਣ ਦਾ ਵਿਚਾਰ ਕੀਤਾ। ਜਲੂ ਸਹਿ ਇਹਨਾਂ ਗੱਲਾਂ ਜੋ ਸੋਚਾ ਹੀ ਕਰਦਾ ਥਾ, ਤਾਲੂ ਪਰਮਾਤਮੇ ਦਾ ਸਵਰਗਦੂਤ ਤਿਸੀਓ ਸੁਪਨੇ ਚ ਦੁਸਿਆ। ਫਿਰ ਇਹ ਸਵਰਗਦੂਤੈ ਯੂਸਫੇ ਨੇ ਗਲਾਇਆ, ਓ ਯੂਸਫਾ ਦਾਊਦ ਰਾਜੇ ਦੇ ਬੰਸ਼, ਹੁਣ ਤੂੰ ਆਪਣੀਆਂ ਹੋਣੇ ਵਾਲੀਆਂ ਲਾੜੀਆਂ ਮਰੀਮਾਂ ਜੋ ਅੱਪੂ ਵੱਲੀ ਰੱਖਣੇ ਤੇ ਮਤ ਡਰ, ਕਜੋ ਕਿ ਜਿਹੜਾ ਤਿਸਾ ਦੇ ਪੇਟੇ ਚ ਹੈ ਸਹਿ ਪਵਿੱਤਰ ਆਤਮਾ ਇਹ ਤਰਫਾ ਤੇ ਹੈ, ਸਹਿ ਜਾਗਤ ਜਮਗੀ, ਕਨੇ ਤੂੰ ਤਿਸ ਦਾ ਨਾਂ ਯੀਸੂ ਰੱਖਿਆ, ਕਜੋ ਕਿ ਸਹਿ ਆਪਣੇ ਲੋਕਾਂ ਦਾ ਤਿਨ੍ਹਾਂ ਦੇ ਪਾਪਾਂ ਤੇ ਉਦਾਰ ਕਰਗਾ। ਤਾਲੂ ਯੂਸਫ ਨਿੰਦਰਾ ਤੇ ਜਾਗੀ ਕਰੀ ਪ੍ਰਭੂ ਦੇ ਸਵਰਗਦੂਤੇ ਦੇ ਹੁਕਮੇ ਮੁਤਾਬਕ ਆਪਣੀਆਂ ਹੋਣੇ ਵਾਲੀਆਂ ਲਾੜੀਆਂ ਜੋ ਆਪਣੇ ਘਰੇ ਚੋ ਲਈ ਆਇਆ। ਕਨੇ ਜਲੂ ਤਿਕਰ ਮਰੇਮਾ ਜਾਗਤੇ ਜੋ ਜਨਮ ਨਹੀਂ ਦਿੱਤਾ, ਤਾਲੂ ਤਿਕਰ ਯੂਸਫ ਮੈਂ ਤਿਸਾ ਸੋਗੀ ਲਾੜਾ ਲਾੜੀ ਵਾਲਾ ਰਿਸ਼ਤਾ ਨਹੀਂ ਰੱਖਿਆ। ਜਲੂ ਮਰੀਮਾ ਦਾ ਪ੍ਰਸੂਤਾ ਹੋਣੇ ਦਾ ਵਕਤ ਨੇੜੇ ਆਇਆ, ਤਾਲੂ ਅਗਸਤਸ ਕੈਸਰੇ ਇਹ ਹੁਕਮ ਦਿੱਤਾ ਕਿ ਸਾਰੇ ਰੋਮੀ ਸਮਰਾਜ ਦੇ ਲੋਕਾਂ ਦੀ ਗਿਣਤੀ ਕੀਤੀ ਜਾ, ਕਨੇ ਤਿਨ੍ਹਾਂ ਦੇ ਨਾਂ ਲਿਖੇ ਜਾਣ। ਤਾਂ ਸਹਿ ਕਨੇ ਯੂਸਫ ਵੀ ਇੱਕ ਲੰਬਾ ਸਫ਼ਰ ਕਰੀ ਨੇ ਨਾਸਰਤ ਸਹਿਰੇ ਤੇ ਯਹੂਦੀ ਪ੍ਰਦੇਸ਼ ਚ ਦਾਊਦ ਦੇ ਸਹਿਰੇ ਬੈਤਲਹਿਮ ਗ੍ਰਾਂ ਜੋ ਗਏ। ਜਲੂ ਸਹਿ ਬੈਤਲਹਿਮ ਸਹਿਰੇ ਚ ਪੁੱਜੇ ਤਾਂ ਤਿੱਥੋਂ ਤਿਨ੍ਹਾਂ ਜੋ ਰਹਿਣੇ ਦੀ ਜਗ੍ਹਾ ਨਹੀਂ ਮਿਲੀ, ਅਪਰ ਸਹਿ ਗਰਾਲਾ ਚ ਰਹਿ ਜਿੱਥੋਂ ਡੰਗਰੇ ਰਹਿੰਦੇ। ਜਲੂ ਮਰੀਮਾ ਦੇ ਪ੍ਰਸੂਤਾ ਹੋਣੇ ਦਾ ਵਕਤ ਆਇਆ, ਤਾਲੂ ਤਿੰਨੇ ਆਪਣੇ ਜਾਗਤੇ ਜੋ ਜਨਮ ਦਿੱਤਾ, ਕਨੇ ਤਿਸੀਓ ਫਾਲੜੂ ਵਿੱਚ ਲਪੇਟੀ ਕਰੀ ਡੰਗਰਾਂ ਦੀ ਆ ਖੁਰਲੀਏ ਚ ਰੱਖੀ ਦਿੱਤਾ, ਤਿਨ੍ਹਾਂ ਤਿਸਦਾ ਨਾਂ ਯੂਸੂ ਰੱਖਿਆ। ਤਿਸਾ ਰਾਤੀ ਤਿਸ ਇਲਾਕੇ ਚ ਕੁਛ ਗੁਆਲੇ ਥੇ ਜਿਹੜੇ ਰਾਤੀ ਜੋ ਖੁੱਲੇ ਮੈਦਾਨੇ ਚ ਰਹੀ ਨੇ ਆਪਣੀਆਂ ਬੇਡਾਂ ਦਾ ਪਹਿਰਾ ਕਰਾਦੇ ਥੇ। ਚਾਣਚਿਕ ਪਰਮਾਤਮੇ ਦਾ ਇੱਕ ਸਵਰਗਦੂਤ ਤਿਨ੍ਹਾਂ ਦੇ ਸਾਹਮਣੇ ਆਈ ਖੜੋਤਾ, ਕਨੇ ਪ੍ਰਭੂ ਦਾ ਤੇਜ ਤਿਨ੍ਹਾਂ ਦੇ ਚੋਨੀ ਪਾਸੇ ਚਮਕਿਆ, ਕਨੇ ਸਹਿ ਵੱਡੇ ਭਰੀ ਡਰੀ ਗਏ। ਜਲੂ ਤਿੰਨੀ ਸਵਰਗਦੂਤੇ ਗਲਾਇਆ, ਡਰਾ ਮਤ, ਕਜੋ ਕਿ ਦਿਖਾ ਮੈਂ ਤੁਹਾਨੂੰ ਜੋ ਬੜੀ ਖੁਸ਼ੀ ਦਾ ਸੁਸਮਾਚਾਰ ਸੁਣਾਉਂਦਾ ਹੈ, ਜਿਹੜਾ ਕਿ ਸਾਰੇ ਲੋਕਾਂ ਤਾਈਂ ਹੋਣਾ ਹੈ, ਕਿ ਅੱਜ ਦਾਊਦ ਰਾਜੇ ਦੇ ਸਹਿਰੇ ਚ ਬੈਤਲਹਿਮ ਚ ਤੁਹਾਂ ਤਾਈਂ ਇੱਕ ਉਦਾਰ ਕਰਨੇ ਵਾਲਾ ਪੈਦਾ ਹੋਇਆ ਹੈ, ਕਨੇ ਇਹ ਹੀ ਮਸੀਹ ਪ੍ਰਭੂ ਹੈ। ਤੁਹਾਂ ਤਾਈਂ ਇਸ ਦੀ ਇਹ ਪਹਿਚਾਣ ਹੈ ਕਿ ਤੁਹਾਂ ਜੋ ਇੱਕ ਬੱਚਾ ਜਿਹੜਾ ਫਾਲੜੂਏ ਨੇ ਲਪਟੋਇਆ, ਕਨੇ ਫੁਰਲੀਏ ਚ ਰੱਖਿਆ ਦੁਸਗਾ। ਤਾਲੂ ਚਾਣਚੱਕ ਅੰਬਰ ਸਵਰਗਦੂਤਾਂ ਨੇ ਭਰੋਈ ਗਿਆ, ਕਨੇ ਸਹਿ ਪਰਮਾਤਮੇ ਦੀ ਸਤੁਤੀ ਕਰਨਾ ਲੱਗੇ, ਕਨੇ ਗਲਾਣਾ ਲੱਗੇ, ਸਾਰੀ ਮਹਿਮਾ ਸਵਰਗੇ ਚ ਪਰਮਾਤਮੇ ਜੋ ਮਿਲੈ, ਧਰਤੀਏ ਚ ਤਿਨ੍ਹਾਂ ਲੋਕਾਂ ਜੋ ਸ਼ਾਂਤੀ ਮਿਲੈ ਜਿਨ੍ਹਾਂ ਤੇ ਸਹਿ ਖੁਸ਼ ਹੈ। ਜਲੂ ਸਵਰਗਦੂਤ ਚਲੀ ਗਏ, ਤਾਲੂ ਗੁਆਲੇ ਵੀ ਆਪਣੀਆਂ ਭੇਡਾਂ ਜੋ ਛੱਡੀ ਕਰੀ ਜਾਗਤੇ ਦਿਖਣਾ ਬੈਤਲਹਿਮ ਸਹਿਰੇ ਜੋ ਚਲੀ ਗਏ। ਤਿਨ੍ਹਾਂ ਜਾਈ ਕਰੀ ਮਰੀਮ ਕਨੇ ਯੂਸਫ ਜੋ ਕਨੇ ਜਾਗਤੇ ਜੋ ਖੁਰਲੀਏ ਚ ਸੁੱਤਿਆ ਦੇਖਿਆ। ਤੁਸੀਂ ਉਹ ਦੇਖੀ ਨੇ ਸਵਰਗਦੂਤਾਂ ਦੀ ਸਹਿ ਗੱਲ ਜਿਹੜੀ ਇਸ ਜਾਗਤੇ ਦੇ ਬਾਰੇ ਚ ਤਿਨ੍ਹਾਂ ਨੇ ਗਲਾਈ ਥੀ, ਤਿਨ੍ਹਾਂ ਜੋ ਦੱਸੀ ਦਿੱਤੀ। ਇਸਾ ਗੱਲਾਂ ਜੋ ਸੁਣੀ ਕਰੀ ਲੋਕ ਬੜੇ ਖੁਸ਼ ਥੇ, ਕਨੇ ਮਰੀਮ ਵੀ ਬੜੀ ਖੁਸ਼ ਥੀ। ਕਨੇ ਗੁਆਲਿਆਂ ਜੋ ਜਿਹਾਂ ਸਵਰਗਦੂਤਾਂ ਗਲਾਇਆ ਥਾ ਤਿਹਾਂ ਹੀ ਸਭ ਕੁਛ ਸੁਣੀ ਕਰੀ
कने दिखी करी परमात्मे दी महिमा कने स्तुति करदे करदे वापस चली गए। पूर्व दिशा ते कुछ लोग आए जिन्हां जो तारियां दा भेद दसने दा ज्ञान था। तिन्हां अमरे च अनोखा तारा दिखिया था। तिन्हां गलाया कि इस तारे दा दुसने दा मतलब ए है कि यहूदियां दा एक नोआ राजा पैदा होया है। अहां एक लंबा सफर करी ने तिस राजे जो दिखना कने तिस दी आराधना करना आयो हन। तिस ते बाद सह बैतलहम सहरे जो गए कने तिस घरे च पुजे जिथु ईसु कने तिस दे मां बुढ़े रहा दे थे। जालू इना लोकां ईसु जो अपनी माऊ सोगी दिखिया तां सिर झुकाई ने जागते जो प्रणाम किता कने तिस दी आराधना किती कने अपना अपना झोलू खोली ने तिसियो सोना मुर लोबान भेंट चढ़ाई। फिर सह घरे जो वापस चली गया।